वाहिगुरु जी का खालसा वाहिगुरु जी की फतेह जी। नहीं बाबा जी का सारा प्रवास देन नहीं दे सकते सारी उम्र ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਭਾਈ ਜਸਵੰਤ ਸਿੰਘ ਜੀ ਜਿਹਨਾਂ ਤੁਸੀਂ ਦੇਖ ਰਹੇ ਹੋ, ਅੱਜ ਦੀਵਾਲੀ ਦੇ ਦਿਨ ਅਸੀਂ ਇਹਨਾਂ ਦੇ ਘਰ ਮਨਾਉਣ ਆਏ ਹਾਂ, ਕਿਉਂਕਿ ਅਸਲੀ ਦੀਵਾਲੀ ਜੋ ਸਾਡੇ ਗੁਰੂ ਸਾਹਿਬ ਨੇ ਦੱਸਿਆ ਉਹਦੇ ਮੁਤਾਬਕ ਅਸੀਂ ਇਹਨਾਂ ਦੇ ਗ੍ਰਹਿ ਵਿਖੇ ਆਏ ਹਾਂ। ਇਹ ਜਿਸ ਦਿਨ ਇਹਨਾਂ ਨੂੰ ਅੱਜ ਤੋਂ 10 ਕੁ ਮਹੀਨੇ ਪਹਿਲਾਂ ਚੱਕ ਕੇ ਲੈ ਕੇ ਗਏ ਸੀਗੇ, ਇਹ ਬਿਲਕੁਲ ਬੈੱਡ ਦੇ ਉੱਤੇ ਪਏ ਸੀ, ਆਪਣਾ ਹੱਥ ਪੈਰ ਵੀ ਨਹੀਂ ਹਿਲਾ ਸਕਦੇ ਸੀ। ਉਸ ਪਰਮਾਤਮਾ ਨੇ ਮਿਹਰ ਕੀਤੀ, ਸਾਡੀ ਸਰਵੱਤਰਾ ਭਲਾ ਸੇਵਾ ਸੋਸਾਇਟੀ ਨੇ ਸਾਨੂੰ ਸੇਵਾ ਦਿੱਤੀ, ਅਸੀਂ ਇੱਥੋਂ ਚੱਕ ਕੇ ਬੇਬ ਹੋਸਪਿਟਲ ਲੈ ਕੇ ਗਏ। ਡਾਕਟਰ ਲਾਭਪ੍ਰੀਤ ਅਤੇ ਡਾਕਟਰ ਗੁਰਜੋਤ ਨੇ ਬਹੁਤ ਸਾਥ ਦਿੱਤਾ, ਜੋ ਤੁਹਾਡੇ ਸਾਹਮਣੇ ਅੱਜ ਤੁਰੇ ਫਿਰਦੇ ਆ। ਇਹ ਸਾਰੀ ਜੋ ਸੇਵਾ ਆ, ਇਹ ਵੀਰ ਮੇਰਾ ਜੋ ਵੀ ਇਹਨਾਂ 'ਤੇ ਖਰਚਾ ਆਇਆ ਅੱਜ ਤੱਕ, ਉਹ ਸਾਰਾ ਮੇਰੇ ਜੋ ਵੀਰ ਬਾਹਰ ਬੈਠੇ ਆ, ਮੇਰੇ ਪਿੰਡ ਦੇ ਵੀਰਾਂ ਦਾ ਬਹੁਤ ਸਤਿਕਾਰ ਆ, ਬਹੁਤ ਸਤਿਕਾਰ ਜੋ ਗਿਆ ਉਹਨਾਂ ਦਾ ਸਾਰਿਆਂ ਅੱਗੇ ਸਿਰ ਚੁੱਕਦਾ। ਪਰ ਮੇਰੇ ਪਿੰਡ ਤੋਂ ਬਾਹਰ ਵੀ ਮੇਰੇ ਵੀਰ ਜਿੱਦਾਂ ਪਰਮਿੰਦਰ ਸਿੰਘ USA ਤੋਂ ਹੈਗੇ ਆ, ਨੰਦੂ ਵੀਰ ਆਸਟ੍ਰੇਲੀਆ ਤੋਂ ਹੈਗਾ, ਫਿਰ ਲਾਡੀ ਵੀਰ ਪਲਾਚੱਕ ਤੋਂ ਹੈਗੇ ਆ, ਸਾਡੀ ਭੈਣ ਸੰਦੀਪ ਕੌਰ ਹੈਗੀ ਆ ਕੁਦਾਲਾ ਸ਼ੇਖਾਂ ਤੋਂ, ਸਾਡੀ ਭੈਣ ਪ੍ਰਦੀਪ ਕੌਰ ਉਹ ਵੀ USA ਤੋਂ, ਬਹੁਤ ਹੱਥ ਰੱਖਦੇ ਕਿਉਂਕਿ ਸਾਡੀ ਸੁਸਾਇਟੀ ਦਾ ਤਕਰੀਬਨ ਇਸ ਵੇਲੇ ਵੀ 15-16 ਮਰੀਜ਼ਾਂ ਦਾ ਇਲਾਜ ਚੱਲ ਰਿਹਾ, ਅਤੇ ਮਾਲਕ ਦੀ ਮਿਹਰ ਨਾਲ ਸਾਰੇ ਕੱਦ ਸਾਰੇ ਠੀਕ ਹੋ ਰਹੇ ਆ, ਅਤੇ ਅਸੀਂ ਉਸ ਮਾਲਕ ਦਾ ਸ਼ੁਕਰ ਅਦਾ ਕਰਦੇ ਹਾਂ। ਆਪਣੇ ਜਿਹੜੇ ਮੇਰੇ ਵੀਰ ਸਾਡੇ ਨਾਲ ਜੁੜੇ ਹੋ, ਭਾਵੇਂ ਪਿੰਡ ਦੇ ਆ ਜਾਂ ਸਾਡੇ ਪਿੰਡ ਤੋਂ ਬਾਹਰ ਆ, ਮਾਲਕ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ, ਚੜ੍ਹਦੀ ਕਲਾ ਵਿੱਚ ਰੱਖੇ, ਅਤੇ ਅੱਜ ਦੀਵਾਲੀ ਦਾ ਦਿਨ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਖੁਸ਼ੀ ਵਾਲਾ ਆਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਚੰਗਾ ਬੀਬੀ ਜੀ ਹੁਣ ਸਾਨੂੰ ਬਾਬਾ ਜੀ ਮੇਰੀ ਗੱਲ ਦੂਜੇ ਘਰ ਵੀ ਜਾਣਾ, ਅਸੀਂ ਉੱਥੇ ਵੀ ਜਾਣਾ ਨਾ।